ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਖਾਲਸਾ ਨਿਊਜ਼ ਨਾਲ ਜੁੜੇ ਦੇਸ਼ਾਂ ਵਿਦੇਸ਼ ਦੇ ਸਰੋਤਿਆਂ ਦੇ ਨਾਲ ਗੱਲਬਾਤ ਕਰਦੇ ਹੋਇਆਂ ਅੱਜ ਅਸੀਂ ਇਸ ਵਿਸ਼ੇ ਵਾਸਤੇ ਸਾਡੇ ਕੋਲ ਤ੍ਰਿਮੂਲ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਅਤੇ ਨਾਲ ਹੀ ਸਰਦਾਰ ਪਰਮਿੰਦਰ ਸਿੰਘ ਜੀ, ਸੀਨੀਅਰ ਆਗੂ ਸਾਡਾ ਪੰਜਾਬ, ਅਤੇ ਨਾਲ ਹੀ ਸਾਡੇ ਜੁੜੇ ਨੇ ਸਰਦਾਰ ਰਾਜਪਾਲ ਸਿੰਘ ਜੀ, ਰਾਸ਼ਟਰੀ ਪ੍ਰਧਾਨ ਸਾਡਾ ਪੰਜਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਸਾਡਾ ਵਿਸ਼ਾ ਕਿ ਜਸਟਿਸ ਅਰੁਣ ਮਿਸ਼ਰਾ ਜੀ, ਜਿਨ੍ਹਾਂ ਦੀ ਕੱਲ੍ਹ ਇੱਕ ਸਟੇਟਮੈਂਟ ਪਰਸੋਂ ਇੱਕ ਪੇਪਰਾਂ ਦੇ ਵਿੱਚ ਆਈ ਆ ਕਿ ਜਿਹੜੀਆਂ ਸਰਕਾਰਾਂ ਨੇ ਉਹ ਪੈਸੇ ਦੇ ਜ਼ੋਰ ਨਾਲ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ, ਅਦਾਲਤੀ ਫੈਸਲਿਆਂ ਨੂੰ ਪ੍ਰਭਾਵਿਤ ਕਰਦੇ ਨੇ। ਸੋ ਅੱਜ ਸਾਡੇ ਨਾਲ ਇਹ ਜਿਹੜੇ ਸਾਡੇ ਗੈਸਟ ਜੁੜੇ ਨੇ, ਅਸੀਂ ਇਹਨਾਂ ਦੇ ਨਾਲ ਅੱਜ ਵਿਚਾਰ ਸਾਂਝੀ ਕਰਾਂਗੇ ਕਿ ਇਹ ਮੁੱਦਿਆਂ ਦੇ ਉੱਤੇ ਕੀ ਹੋਣਾ ਚਾਹੀਦਾ। ਸੋ ਸਰਦਾਰ ਮਨਜੀਤ ਸਿੰਘ ਜੀ, ਆਪ ਜੀ ਸਾਨੂੰ ਜਿਹੜਾ ਇਸ ਗੱਲ ਦੀ ਜਾਣਕਾਰੀ ਦੱਸੋ, ਕਿਉਂਕਿ ਅਸੀਂ ਇਸ ਮਾਧਿਅਮ ਰਾਹੀਂ, ਅਕਾਲ ਖਾਲਸਾ ਨਿਊਜ਼ ਦੇ ਮਾਧਿਅਮ ਦੇ ਰਾਹੀਂ ਤੁਹਾਨੂੰ ਦੇਸ਼ ਵਿਦੇਸ਼ ਦੇ ਸਾਰੇ ਲੋਕ ਜਿਹੜੇ ਆ ਸਾਡੇ ਨਾਲ ਜੁੜੇ ਉਹ ਤੁਹਾਨੂੰ ਵੇਖ ਰਹੇ ਆ, ਅਤੇ ਉਹ ਬਹੁਤ ਚਿੰਤਤ ਨੇ ਕਿ ਚਿੰਤਾ ਦਾ ਵਿਸ਼ਾ ਵੀ ਆ ਕਿ ਤੁਸੀਂ ਇਹਦੇ ਬਾਰੇ ਸਾਨੂੰ ਜਾਣਨਾ ਪਾਓ ਕਿ ਇਹ ਇਸ ਤਰ੍ਹਾਂ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ ਕਿਉਂ ਹੋ ਰਿਹਾ। ਅਕਾਲ ਖਾਲਸਾ ਚੈਨਲ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਬੜਾ ਮੰਦਭਾਗੀ ਘਟਨਾ ਹੈ ਕਿ ਦੇਸ਼ ਦਾ ਸੁਪਰੀਮ ਕੋਰਟ ਦਾ ਇੱਕ ਜਸਟਿਸ ਅਰੁਣ ਮਿਸ਼ਰਾ ਜੀ, ਉਹ ਜਸਟਿਸ ਇਹ ਕਹਿ ਰਹੇ ਨੇ ਕਿ ਹਿੰਦੁਸਤਾਨ ਦੇ ਵਿੱਚ ਰਾਜਨੀਤਿਕ ਪਾਰਟੀਆਂ ਪੈਸੇ ਦੇ ਜ਼ੋਰ ਨਾਲ ਅਦਾਲਤਾਂ ਦੇ ਫੈਸਲਿਆਂ ਦੇ ਉੱਤੇ ਆਪਣਾ ਪ੍ਰਭਾਵ ਛੱਡ ਰਹੀਆਂ ਜੀ। ਇਹ ਤੋਂ ਵੱਡੀ ਹੋਰ ਚਿੰਤਾ ਦੀ ਜਿਹੜੀ ਗੱਲ ਹੈ ਉਹ ਅਰੁਣ ਮਿਸ਼ਰਾ ਜੀ ਅੱਗੇ ਜਾ ਕੇ ਇਹ ਕਹਿ ਰਹੇ ਨੇ ਕਿ ਇਹ ਦੇਸ਼ ਹੁਣ ਰਹਿਣ ਦੇ ਕਾਬਲ ਨਹੀਂ ਰਹਿ ਗਿਆ ਜੀ। ਸੋ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਦੀਦੀ ਮਮਤਾ ਬੈਨਰਜੀ ਨੇ ਬੜੀ ਦੇਰ ਪਹਿਲਾਂ ਇਹ ਕਹਿ ਦਿੱਤਾ ਸੀ ਵੀ ਲੋਕ ਸਭਾ ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਅਸੀਂ ਦੀਦੀ ਨੇ ਇੱਕ ਇਹਨਾਂ ਦੇ ਖਿਲਾਫ ਇੱਕ ਸਮੂਹਕ ਗਠਬੰਧਨ ਕੀਤਾ ਸੀ, ਉਦੋਂ ਹੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਦੇਸ਼ ਦਾ ਸੰਵਿਧਾਨ ਖਤਰੇ ਦੇ ਵਿੱਚ ਹੈ। ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਲਈ ਬੜੀ ਚਾਰਾਜੋਈ ਕੀਤੀ ਗਈ, ਬੜਾ ਇੱਕ ਵੱਡਾ ਗਰੁੱਪ ਬਣਾਇਆ ਗਿਆ, ਪਰ ਪੋਲੀਟੀਕਲ ਪਾਰਟੀਆਂ ਦੇ ਕੁਝ ਨੈਸ਼ਨਲ ਪਾਰਟੀਆਂ ਦੇ ਆਪਣੇ ਸੌੜੇ ਹਿੱਤਾਂ ਦੇ ਕਰਕੇ ਉਹ ਸਿਰੇ ਨਾ ਚੜ੍ਹ ਸਕਿਆ ਅਤੇ ਭਾਰਤੀ ਜਨਤਾ ਪਾਰਟੀ ਦੁਬਾਰਾ ਸੱਤਾ ਦੇ ਵਿੱਚ ਆ ਗਈ। ਇਹ ਗੱਲ ਜੋ ਦੀਦੀ ਨੇ ਕਹੀ ਜਾਂ ਜੋ ਅੱਜ ਜਸਟਿਸ ਮਿਸ਼ਰਾ ਕਹਿ ਰਹੇ ਨੇ, ਉਹ ਇੱਕੋ ਹੀ ਗੱਲ ਹੈ, ਕਹਿ ਰਹੇ ਨੇ ਕਿ ਦੇਸ਼ ਦਾ ਸੰਵਿਧਾਨ ਖਤਰੇ ਵਿੱਚ ਹੈ। ਇਹ ਤੋਂ ਵੱਡੀ ਖਤਰਨਾਕ ਗੱਲ ਕੀ ਹੋ ਸਕਦੀ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਦੇ ਫੈਸਲੇ, ਇਹ ਜਿਹੜਾ ਫੈਸਲਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਗੱਲ ਕਿਉਂ ਕਹੀ ਗਈ ਹੈ। ਜਸਟਿਸ ਮਿਸ਼ਰਾ ਟੈਲੀਕਾਮ ਕੰਪਨੀਆਂ ਦਾ ਜਿਹੜਾ ਇੱਕ 147 ਕਰੋੜ ਰੁਪਈਏ ਦਾ ਜਿਹੜਾ ਬਕਾਇਆ ਸਰਕਾਰ ਨੂੰ ਦੇਣਾ ਪੈਂਦਾ ਟੈਲੀਕਾਮ ਕੰਪਨੀਆਂ ਦਾ, ਉਹ ਨਹੀਂ ਦੇ ਰਹੀਆਂ। ਉਹ ਕਿਉਂ ਨਹੀਂ ਦੇ ਰਹੀਆਂ? ਕਿਉਂਕਿ ਅਦਰ ਹੈਂਡ ਦੂਜੇ ਰਸਤੇ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਨੂੰ ਜਾਂ RSS ਨੂੰ ਜਾਂ ਮੋਦੀ ਜੀ ਨੂੰ ਉਹ ਸਪੋਰਟ ਕਰ ਰਹੀਆਂ ਨੇ, ਫਾਈਨੈਂਸ਼ੀਅਲ ਸਪੋਰਟ ਕਰ ਰਹੀਆਂ ਨੇ। ਉਸ ਮੁੱਦੇ ਦੇ ਉੱਤੇ ਉਹ ਜਾ ਕੇ ਉਹਨਾਂ ਦਾ ਪੈਸਾ ਮਾਫ ਕੀਤਾ ਜਾ ਰਿਹਾ, ਉਹਨਾਂ ਦੀਆਂ ਉਹਨਾਂ ਨੂੰ ਵੇਵਰ ਦਿੱਤਾ ਜਾ ਰਿਹਾ ਕਿ 1,00,000 ਨਾ ਦਿਓ, ਤੁਸੀਂ 1,00,000 ਦੇ ਦਿਓ, ਹੁਣ ਇਹ ਵੀ ਨਾ ਦਿਓ, ਹੁਣ 1,00,000 ਦੇ ਦਿਓ। ਮਤਲਬ ਉਹਨਾਂ ਨੂੰ ਕਿਸੇ ਆਨੇ ਬਹਾਨੇ ਉਹਨਾਂ ਨੂੰ ਛੋਟ ਦਿੱਤੀ ਜਾ ਰਹੀ ਹੈ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਕਿ ਮਾਂ ਮਰਸੇ ਧੀ ਖਾਵੇ। ਸੋ ਮਾਂ ਮਰਸੇ ਧੀ ਖਾਵੇ ਵਾਲਾ ਜਿਹੜਾ ਉਹ ਚੱਲ ਰਿਹਾ ਕਿ ਮੋਦੀ ਸਾਹਿਬ ਇੱਕ ਪਾਸੇ ਉਹਨਾਂ ਨੂੰ ਛੋਟ ਦੇ ਜਾਂਦੇ ਨੇ ਅਤੇ ਦੂਜੇ ਪਾਸੇ ਉਹ BJP ਦਾ ਜਿਹੜਾ ਆ ਅੰਬਾਰ, ਜਿਹੜਾ ਦਾਨ ਵਾਲਾ ਦਾਨ ਪਾਤਰ ਉਹ ਵੱਡਾ ਹੁੰਦਾ ਜਾ ਰਿਹਾ, ਜਿਹਦੇ ਬੂਤੇ ਦੇ ਉੱਤੇ BJP ਅਗਲੀਆਂ ਇਲੈਕਸ਼ਨਾਂ ਲੜਨ ਦੀ ਤਿਆਰੀ ਕਰੀ ਜਾਂਦੀ ਆ। ਇਹ ਉਸੇ ਕਰਕੇ ਜਿਹੜਾ ਇਹਦੇ ਨਾਲ ਹੀ ਮੈਂ ਵੀ ਜੋੜ ਲਿਆ ਕਿ ਜਿਹੜੇ ਪਿਛਲੇ ਗੁਜਰਾਤ ਤੋਂ ਜਦੋਂ ਦੇ ਨਰਿੰਦਰ ਮੋਦੀ ਭਾਈ ਪ੍ਰਧਾਨ ਮੰਤਰੀ ਬਣੇ ਨੇ, ਜਦੋਂ ਦਾ ਨਰਿੰਦਰ ਭਾਈ ਮੋਦੀ ਨੇ ਇਹ ਕਹਿ ਕੇ ਸੱਤਾ ਸੰਭਾਲੀ ਕਿ ਨਾ ਖਾਊਂਗਾ ਨਾ ਖਾਣੇ ਦੂੰਗਾ, ਉਦੋਂ ਦੀ ਵਿਡੰਬਣਾ ਇਹ ਹੈ, ਇੱਕ ਬਦਕਿਸਮਤੀ ਇਹ ਆ ਦੇਸ਼ ਦੀ ਕਿ ਗੁਜਰਾਤ ਸਟੇਟ ਦੇ ਹੀ ਸਾਰੇ ਲੋਕ ਵਿਦੇਸ਼ਾਂ ਦੇ ਵਿੱਚ ਪੈਸਾ ਦੇਸ਼ ਦਾ ਲੈ ਕੇ ਚੰਪਤ ਹੋ ਰਹੇ ਨੇ, ਚਾਹੇ ਉਹ ਵਿਜੇ ਮਾਲੀਆ ਹੋਵੇ, ਚਾਹੇ ਉਹ ਹੋਵੇ ਆਪਣਾ
ਉਹ ਮੋਦੀ ਹੋਵੇ ਤੇ ਚਾਹੇ ਮੁਕਲ ਚੋਕਸੀ ਹਾਂ ਜੋ ਜਿਹਨੇ ਵੀ ਨਾਂ ਸਾਰੀ ਜਨਤਾ ਤੁਸੀਂ ਜਾਣਦੇ ਹੋ ਨਾਮ ਉਹ ਉਹੀ ਸਾਰੀ ਗੁਜਰਾਤੀ ਫੈਮਲੀਆਂ ਨੇ ਉਹ ਮੈਂ